ਮਨਪ੍ਰੀਤ ਜੀ, ਅਰਵਿੰਦ ਕੇਜਰੀਵਾਲ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਫਾਈਨਲੀ ਗ੍ਰਿਫਤਾਰ ਕਰ ਲਿਆ ਜੀ ਉਹਨਾਂ ਦੇ ਘਰ ਜਾ ਕੇ? ਕਾਫੀ ਦੇਰ ਤੋਂ ਵਾਸੂ ਜੀ ਤੁਹਾਨੂੰ ਪਤਾ ਹੀ ਹੈ ਕਿ ਇਹ ਕਿਆਸਰਾਈਆਂ ਲਾਈਆਂ ਜਾ ਰਹੀਆਂ ਸੀ। ਆਮ ਆਦਮੀ ਪਾਰਟੀ ਬਾਰ-ਬਾਰ ਪ੍ਰੈਸ ਕਾਨਫਰੰਸ ਕਰਕੇ ਦੱਸ ਰਹੀ ਸੀ ਕਿ ਕਿਸੇ ਵੀ ਵਕਤ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਦੇ ਮੁੱਖ ਮੰਤਰੀ ਨੂੰ ਤੇ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ। ਔਰ ਜਦੋਂ ਤੋਂ ਇਹਨਾਂ ਦਾ ਲਿਕਰ ਪਾਲਿਸੀ ਦਾ ਮਾਮਲਾ ਖੁੱਲਿਆ ਹੋਇਆ ਸੀ ਕਿ ਉਹਦੇ ਵਿੱਚ ਭ੍ਰਿਸ਼ਟਾਚਾਰ ਹੋਇਆ, ਉਸ ਤੋਂ ਬਾਅਦ ਲਗਾਤਾਰ 9 ਵਾਰੀ ਇਹਨਾਂ ਨੂੰ ਨੋਟਿਸ ਭੇਜੇ ਜਾ ਚੁੱਕੇ ਸੀ, ਪਰ ਇਹ ਈਡੀ ਦੇ ਜਿਹੜੇ ਸਮਨ ਭੇਜੇ ਗਏ ਸੀ ਉਹਨਾਂ ਦੇ ਵਿੱਚ ਪੇਸ਼ ਇਸ ਕਰਕੇ ਨਹੀਂ ਸੀ ਹੋ ਰਹੇ ਅਰਵਿੰਦ ਕੇਜਰੀਵਾਲ, ਕਿਉਂਕਿ ਇਹ ਪੁੱਛ ਰਹੇ ਸੀ ਕਿ ਸਾਨੂੰ ਇਹ ਦੱਸੋ ਪਹਿਲਾਂ ਕਿ ਕੀ ਮੈਂ ਬਤੌਰ ਦੋਸ਼ੀ ਪੇਸ਼ ਹੋਣਾ ਤੁਹਾਡੇ ਕੋਲੇ ਜਾਂ ਮੈਂ ਬਤੌਰ ਗਵਾਹ ਪੇਸ਼ ਹੋਣਾ। ਇਹ ਸਾਰਾ ਕੁਝ ਕਦੇ ਸਪਸ਼ਟੀਕਰਨ ਦਿੱਤਾ ਨਹੀਂ ਗਿਆ। ਔਰ ਪਿਛਲੇ 2 ਮਹੀਨਿਆਂ ਦੇ ਦੌਰਾਨ ਇਹ ਦੂਸਰਾ ਚੁਣਿਆ ਹੋਇਆ ਔਰ ਇਸ ਵਕਤ ਸਿਟਿੰਗ ਚੀਫ ਮਿਨਿਸਟਰ ਜੇਲ੍ਹ ਦੇ ਅੰਦਰ ਆ। ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਭਾਰਤ ਦਾ ਜਿਹੜਾ ਲੋਕਤੰਤਰ ਆ, ਜਦੋਂ ਅਸੀਂ ਵੱਖਰੀਆਂ ਵੱਖਰੀਆਂ ਰਿਪੋਰਟਸ ਦੀ ਗੱਲ ਕਰਦੇ ਹਾਂ, ਇੱਥੋਂ ਦੀ ਡੈਮੋਕ੍ਰੇਸੀ ਦੀ, ਇੱਥੋਂ ਦੀ ਜਮਹੂਰੀਅਤ ਦੀ ਗੱਲ ਕਰਦੇ ਹਾਂ, ਕਿਉਂ ਥੱਲੇ ਨੂੰ ਜਾ ਰਹੀ ਹੈ, ਕਿਉਂ ਇਹਦੇ ਵਿੱਚ ਨਿਗਾਰ ਹੋ ਰਿਹਾ? ਕਿਉਂਕਿ ਜਦੋਂ ਤੁਸੀਂ ਚੁਣੇ ਹੋਏ ਮੁੱਖ ਮੰਤਰੀਆਂ ਨੂੰ ਅੰਦਰ ਕਰ ਦੋਗੇ ਜਿਹੜੇ ਲੋਕਾਂ ਨੇ ਚੁਣਿਆ ਔਰ ਕੋਈ ਹਜੇ ਤੱਕ ਕੋਈ ਦੋਸ਼ ਸਾਬਿਤ ਨਾ ਹੋਇਆ ਹੋਊਗਾ। ਹੁਣ ਤੁਸੀਂ ਦੇਖੋ ਮਨੀਸ਼ ਸਿਸੋਦੀਆ ਵਾਸੂ ਜੀ, ਲਗਾਤਾਰ ਅੰਦਰ ਨੇ ਉਹਨਾਂ ਦੀਆਂ ਜ਼ਮਾਨਤਾਂ ਰੱਦ ਕੀਤੀਆਂ ਜਾ ਰਹੀਆਂ ਨੇ। ਸੰਜੇ ਸਿੰਘ ਇਹਨਾਂ ਦੇ ਰਾਜ ਸਭਾ ਦੇ MP ਨੇ, ਉਹ ਵੀ ਅੰਦਰ ਆ। ਸਤਿੰਦਰ ਜੈਨ ਕਿੰਨੀ ਦੇਰ ਤੋਂ ਅੰਦਰ ਬੰਦ ਕੀਤੇ ਹੋਏ ਆ, ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੀ ਜ਼ਮਾਨਤ ਵੀ ਰੱਦ ਕਰ ਦਿੱਤੀ ਗਈ। ਜੇ ਫੜ ਫੜ ਕੇ ਤੁਸੀਂ ਇਸੇ ਤਰ੍ਹਾਂ ਵਿਰੋਧੀ ਧਿਰ ਦੇ ਕੈਬਨਿਟ ਮੰਤਰੀ, ਡਿਪਟੀ ਮੁੱਖ ਮੰਤਰੀ, ਮੁੱਖ ਮੰਤਰੀਆਂ ਨੂੰ ਬੰਦ ਕਰੀ ਜਾਓਗੇ ਤੇ ਇਹ ਕੇਵਲ ਤੇ ਕੇਵਲ ਇੱਕ ਬਦਲੇ ਦੀ ਰਾਜਨੀਤੀ ਨਜ਼ਰ ਆਉਂਦੀ ਆ। ਔਰ ਖਾਸ ਤੌਰ ਤੇ ਜਦੋਂ ਲੋਕ ਸਭਾ ਦੀਆਂ ਚੋਣਾਂ ਹੋ ਰਹੀਆਂ ਹੁਣ ਔਰ ਸਾਰਾ ਕੰਟਰੋਲ ਇਸ ਵਕਤ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਅਧੀਨ ਹੋਵੇ, ਕਿਉਂਕਿ ਜਿਹੜੀ ਬਿਊਰੋਕਰੇਸੀ ਆ, ਅਫਸਰ ਆ, ਉਸ ਨੇ ਇਸ ਚੋਣ ਜ਼ਾਬਤੇ ਦੇ ਦੌਰਾਨ, ਮਾਡਲ ਕੋਡ ਆਫ ਕੰਡਕਟ ਦੇ ਦੌਰਾਨ ਸਾਰੀ ਦੀ ਸਾਰੀ ਰਿਪੋਰਟ ਉਹ ਇਲੈਕਸ਼ਨ ਕਮਿਸ਼ਨ ਨੂੰ ਕਰਦੇ ਆ। ਕੀ ਇਨਕਮ ਟੈਕਸ ਨੇ, ਕੀ ED ਨੇ, ਸਾਰਿਆਂ ਨੇ ਇਹਨਾਂ ਤੋਂ ਪੁੱਛਿਆ ਸੀ। ਸੋ ਇਹ ਸਵਾਲ ਬਹੁਤ ਪੈਦਾ ਹੁੰਦੇ ਨੇ, ਪਰ ਇਸ ਗੱਲ ਦੀ ਉਮੀਦ ਕੀਤੀ ਜਾ ਰਹੀ ਸੀ ਕਿ ਕਿਸੇ ਵਕਤ। ਪਰ ਟਾਈਮਿੰਗ ਦੇਖੋ ਬੜੀ ਇੰਪੋਰਟੈਂਟ ਆ। ਟਾਈਮਿੰਗ ਬਾਰੇ ਤੁਹਾਨੂੰ ਮੈਂ ਜ਼ਰੂਰ ਦੱਸਦਾ ਕਿ ਤੁਸੀਂ ਦੇਖੋ, ਬੀਤੇ ਕੱਲ ਹੀ ਸਟੇਟ ਬੈਂਕ ਆਫ ਇੰਡੀਆ ਨੇ ਸਾਰੀ ਤਮਾਮ ਡਿਟੇਲ, ਤਮਾਮ ਤਫਸੀਲ ਜਿਹੜੀ ਚੋਣ ਚੰਦਿਆਂ ਨੂੰ ਲੈ ਕੇ ਆਪਣੀ ਸੁਪਰੀਮ ਕੋਰਟ ਦੇ ਵਿੱਚ ਦਿੱਤੀ, ਔਰ ਜਿਸ ਤਰ੍ਹਾਂ ਹੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਵੈਬਸਾਈਟ ਤੇ ਇਹ ਸਾਰੀ ਜਾਣਕਾਰੀ ਅਪਲੋਡ ਕੀਤੀ, ਨਾਲ ਦੀ ਨਾਲ ਹੀ ED ਅਰਵਿੰਦ ਕੇਜਰੀਵਾਲ ਦੇ ਸਿਵਲ ਲਾਈਨਸ ਦਿੱਲੀ ਵਾਲੇ ਘਰ ਚਲੀ ਜਾਂਦੀ ਆ, ਮੁੜ ਕੇ ਗ੍ਰਿਫਤਾਰੀ ਹੋ ਜਾਂਦੀ ਹੈ। ਲੱਗ ਇਹ ਰਿਹਾ ਕਿ ਉਸ ਖਬਰ ਨੂੰ ਸ਼ਾਇਦ ਕਿਤੇ ਛੋਟਾ ਤਾਂ ਨਹੀਂ ਸੀ ਕਰਨਾ, ਤਾਂ ਕਿ ਇਹ ਖਬਰ ਵੱਡੀ ਲੱਗੇ ਔਰ ਜਿਹੜੀ ਲੋਕਾਂ ਨੂੰ ਜਾਣਕਾਰੀ ਦੇਣੀ ਆ ਉਹ ਖਬਰ ਕਿਤੇ ਲੁਕੀ ਜਾਵੇ। ਜੀ ਵਾਸੂ ਜੀ, ਤੇ ਮਨਪ੍ਰੀਤ ਜੀ, ਆਮ ਆਦਮੀ ਪਾਰਟੀ ਵੱਲੋਂ ਨਾਲ ਦੇ ਨਾਲ ਹੀ ਜ਼ਮਾਨਤ ਦੀ ਅਰਜ਼ੀ ਵੀ ਲਗਾ ਦਿੱਤੀ ਗਈ, ਉੱਤੇ ਸੁਣਵਾਈ ਅੱਜ ਹੋਏਗੀ? ਬਿਲਕੁਲ, ਤੁਸੀਂ ਯਾਦ ਹੋਣਾ ਤੁਹਾਨੂੰ ਵਾਸੂ ਜੀ ਕਿ ਦਿੱਲੀ ਹਾਈ ਕੋਰਟ ਵੱਲੋਂ ਇਹਨਾਂ ਨੇ ਇੰਟਰਿਮ ਆਪਣੀ ਐਂਟੀਸਪੇਟਰੀ ਬੇਲ ਮੰਗੀ ਸੀ, ਅੰਤਰਿਮ ਜ਼ਮਾਨਤ ਜਿਹਨੂੰ ਕਹਿੰਦੇ ਆ, ਉਸ ਦੀ ਤਾਂ ਉਹਨਾਂ ਨੇ ਖਾਰਜ ਕਰਤੀ, ਉਸ ਉੱਤੇ ਤਾਂ ਕਿਸੇ ਤਰ੍ਹਾਂ ਦੀ ਇਹਨਾਂ ਨੂੰ ਰਾਹਤ ਨਹੀਂ ਮਿਲੀ। ਪਰ ਅੱਜ ਸੁਪਰੀਮ ਕੋਰਟ ਦੇ ਵਿੱਚ ਇਹਨਾਂ ਦੇ ਮਾਮਲੇ ਦੀ ਸੁਣਵਾਈ ਆ। ਆਮ ਆਦਮੀ ਪਾਰਟੀ ਨੇ ਇਸ ਨੂੰ ਇੱਕ ਅਰਜੈਂਟ ਮੈਟਰ, ਇਹ ਬਹੁਤ ਮਹੱਤਵਪੂਰਨ ਮੈਟਰ ਆ, ਉਸ ਨੂੰ ਇਸ ਤਰ੍ਹਾਂ ਦੀ ਯਾਚਿਕਾ ਫਾਈਲ ਕੀਤੀ ਆ, ਪਟੀਸ਼ਨ ਦਾਇਰ ਕੀਤੀ ਆ, ਔਰ ਸੁਪਰੀਮ ਕੋਰਟ ਉਮੀਦ ਆ ਕਿ ਉਹ ਇਸ ਤੇ ਸੁਣਵਾਈ ਕਰੇਗਾ। ਪਰ ਦੇਖਦੇ ਆ ਕਿ ਉਹ ਫੈਸਲਾ ਇਸ ਉੱਤੇ ਕੀ ਲੈਂਦਾ, ਕਿਉਂਕਿ ਹਜੇ ਤੱਕ ਹੇਮੰਤ ਸੋਰੇਨ ਨੂੰ ਤਾਂ ਕਿਸੇ ਤਰ੍ਹਾਂ ਦੀ ਰਾਹਤ ਨਹੀਂ ਮਿਲੀ ਹੈ। ਜੀ ਵਾਸੂ ਜੀ, ਤੇ ਮਨਪ੍ਰੀਤ ਜੀ, ਇੰਟਰਸਟਿੰਗ ਗੱਲ ਇਹਦੇ ਵਿੱਚ ਇਹ ਵੀ ਹੈ ਕਿ ਕਾਂਗਰਸ ਵਾਲੇ ਹੀ, ਅਜੇ ਮਾਕਰ ਨੇ ਸਭ ਤੋਂ ਪਹਿਲਾਂ ਇਸ ਲਿਕਰ ਸਕੈਮ ਬਾਰੇ ਗੱਲ ਹਾਈਲਾਈਟ ਕੀਤੀ ਸੀ, ਹੁਣ ਕਾਂਗਰਸ ਵਾਲੇ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੇ ਸਮਰਥਨ ਵਿੱਚ ਆ ਗਏ ਨੇ, ਇਹਦੇ ਨਾਲ ਕਿਤੇ ਜਿਹੜਾ ਇੰਡੀਆ ਅਲਾਇੰਸ ਹੈ ਉਹਦੇ ਵਿੱਚ ਏਕਾ ਕਿਤੇ ਵੱਧ ਤਾਂ ਨਹੀਂ ਜਾਏਗਾ? ਦੇਖੋ, ਏਕਾ ਸਾਰਿਆਂ ਨੂੰ ਪਤਾ ਕਿ ਇਸ ਟਾਈਮ ਚਾਹੇ ਉਹ ਕੋਈ ਕਾਂਗਰਸ ਦਾ ਹੋਵੇ ਤੇ ਚਾਹੇ ਕੋਈ ਆਮ ਆਦਮੀ ਪਾਰਟੀ ਦਾ ਹੋਵੇ ਤੇ ਚਾਹੇ ਉਹ
ਝਾਰਖੰਡ ਦਾ ਮੁੱਖ ਮੰਤਰੀ ਕਿਉਂ ਨਾ ਹੋਵੇ। ਜਦੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਦਾ ਕਿ ਸਾਰੇ ਇੰਡੀਆ ਅਲਾਇੰਸ ਦੇ ਵਿੱਚ ਆ ਤੇ ਇਹਨਾਂ ਦੇ ਖਿਲਾਫ ਲੜਨਾ ਜਾਂ ਇਹਨਾਂ ਨੂੰ ਦਬਾ ਕੇ ਕਿਸ ਤਰ੍ਹਾਂ ਰੱਖਣਾ, ਇਹ ਸਾਰਾ ਕੁਝ ਸਾਹਮਣੇ ਆ ਰਿਹਾ। ਇਹ ਠੀਕ ਗੱਲ ਆ ਤੁਹਾਡੀ, ਇਹਦੇ ਵਿੱਚ ਕੋਈ ਦੋਰਾਵਾ ਨਹੀਂ। ਜਦੋਂ ਇਹ ਲਿਕਰ ਸਕੈਮ ਹੋਇਆ ਸੀ, ਕਾਂਗਰਸ ਵਾਲੇ ਬਹੁਤ ਕ੍ਰਿਟੀਕਲ ਸੀ, ਬੜੀ ਆਲੋਚਨਾ ਕਰਦੇ ਸੀ, ਦੇਖੋ ਜੀ ਇਹਨਾਂ ਨੇ ਤਾਂ ਐਡਾ ਵੱਡਾ ਘੁਟਾਲਾ ਕਰਤਾ, ਇਹ ਤਾਂ ਬੜੇ ਇਮਾਨਦਾਰ ਬਣਦੇ ਆ। ਪਰ ਜਿਉਂ ਹੀ ਇਹਨਾਂ ਦਾ ਅਲਾਇੰਸ ਹੁੰਦਾ, ਨਾਲ ਦੀ ਨਾਲ ਇਹਨਾਂ ਸਾਰਿਆਂ ਦੇ ਸੁਰ ਬਦਲ ਜਾਂਦੇ ਨੇ। ਇਹ ਮਜਬੂਰੀਆਂ ਹੁੰਦੀਆਂ ਅਲਾਇੰਸ ਦੀਆਂ ਕਿ ਜੇ ਤੁਹਾਡਾ ਪਾਰਟਨਰ ਵਾਕਿਆ ਕਿਸੇ ਘਪਲੇ 'ਚ ਆ ਜਾਂ ਕੋਈ ਸਕੈਮ ਦੇ ਵਿੱਚ ਸ਼ਾਮਿਲ ਆ, ਤੇ ਘੱਟੋ ਘੱਟ ਉਹਦੇ ਬਾਰੇ ਜਾਂ ਉਹਦੇ ਖਿਲਾਫ ਬੋਲਣਾ ਬੰਦ ਕਰ ਦਿਓ। ਬਿਲਕੁਲ ਇਸੇ ਤਰ੍ਹਾਂ ਦੀ ਸਟ੍ਰੈਟਜੀ ਜਿਹੜੀ ਸੀ ਉਹ ਕਾਂਗਰਸ ਨੇ ਵੀ ਅਪਣਾਈ ਸੀ, ਪਰ ਹੁਣ ਇਹ ਸਾਰੇ ਸਮਰਥਨ ਤੇ ਇਸ ਕਰਕੇ ਆ ਗਿਆ। ਦੇਖਿਆ ਜਾਵੇ ਵਾਸੂ ਜੀ, ਇੱਕ ਬਿਗਰ ਗੋਲ ਆ, ਵੱਡਾ ਗੋਲ ਇਹ ਆ ਸਾਰੀਆਂ ਪੋਲੀਟੀਕਲ ਪਾਰਟੀਆਂ ਦੀਆਂ, ਚਾਹੇ ਕੋਈ ਕਾਂਗਰਸ ਦੇ ਨਾਲ ਸਹਿਮਤ ਹੋਵੇ ਨਾ ਹੋਵੇ, ਆਮ ਆਦਮੀ ਪਾਰਟੀ ਦੇ ਨਾਲ ਨਾ ਹੋਵੇ, ਕਿਉਂਕਿ ਬਹੁਤ ਸਾਰੇ ਲੋਕ ਅਰਵਿੰਦ ਕੇਜਰੀਵਾਲ ਦੀ ਵਿਚਾਰਧਾਰਾ ਕਹਿ ਲਓ, ਇਹਨਾਂ ਦੇ ਕੰਮ ਦਾ ਸਟਾਈਲ ਕਹਿ ਲਓ ਜਾਂ ਜਿਸ ਤਰ੍ਹਾਂ ਇਹ ਕੰਮ ਕਰਦੇ ਨੇ, ਹੋ ਸਕਦਾ ਉਹਨਾਂ ਦੇ ਨਾਲ ਸਹਿਮਤ ਨਾ ਹੋਵੇ। ਪਰ ਨਾਲ ਦੀ ਨਾਲ ਸਾਨੂੰ ਦੇਖਣਾ ਪਊਗਾ ਕਿ ਕੀ ਇੱਕ ਚੁਣਿਆ ਹੋਇਆ ਮੁੱਖ ਮੰਤਰੀ ਜਿਸ ਤੇ ਕੋਈ ਦੋਸ਼ ਨਹੀਂ, ਹਜੇ ਤੱਕ ਤੁਸੀਂ ਦੇਖੋ 2 ਸਾਲ ਹੋ ਗਏ ਇਸ ਲਿਕਰ ਸਕੈਮ ਨੂੰ ਜਾਂ ਜਿਹਨੂੰ ਇਹ ਸ਼ਰਾਬ ਘੁਟਾਲਾ ਕਹਿੰਦੇ ਆ, ਜੀ ਇੱਕ ਨਵੇਂ ਪੈਸੇ ਦੀ ਰਿਕਵਰੀ ਕਿਸੇ ਤੋਂ ਨਹੀਂ ਹੋਈ ਵਾਸੂ ਜੀ ਹਜੇ ਤੱਕ, ਤੇ ਕਹਿੰਦੇ ਭ੍ਰਿਸ਼ਟਾਚਾਰ ਹੀ ਬਹੁਤ ਵੱਡਾ ਹੋ ਗਿਆ। ਜੀ ਜੀ ਵਾਸੂ ਜੀ, ਕਿਉਂਕਿ ਸਿਆਸੀ ਪੱਧਰ ਤੇ ਹੁਣ ਮਨਪ੍ਰੀਤ ਜੀ ਇਹ ਵੀ ਖਬਰਾਂ ਆ ਰਹੀਆਂ ਨੇ ਕਿ ਰਾਹੁਲ ਗਾਂਧੀ ਨੇ ਜਾ ਕੇ ਅਰਵਿੰਦ ਕੇਜਰੀਵਾਲ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਹੈ। ਸੋ ਇਸ ਤਰ੍ਹਾਂ ਇਹ ਕਾਫੀ ਗੱਲ ਚੱਲ ਰਹੀ ਵੀ ਆਪਸ ਦੇ ਵਿੱਚ ਕਾਂਗਰਸ ਤੇ ਹੋਰ ਜਿਹੜੇ ਇੰਡੀਆ ਅਲਾਇੰਸ ਦੇ ਮੈਂਬਰਸ ਨੇ ਇਹਨਾਂ ਦੇ ਵਿੱਚ ਕਿਤੇ ਸਰਕਾਰ ਨੇ ਇਸ ਤਰ੍ਹਾਂ ਕਿਤੇ ਗਲਤ ਕਦਮ ਤਾਂ ਨਹੀਂ ਚੁੱਕ ਲਿਆ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰਕੇ ਇਸ ਮੌਕੇ ਤੇ ਜਦੋਂ ਲੋਕ ਸਭਾ ਦੀਆਂ ਚੋਣਾਂ ਬਿਲਕੁਲ ਦਰਵਾਜ਼ੇ ਤੇ ਆਈਆਂ ਖੜੀਆਂ ਨੇ। ਬਿਲਕੁਲ ਤੁਸੀਂ ਠੀਕ ਕਿਹਾ, ਔਰ ਮੈਂ ਤੁਹਾਨੂੰ ਹੁਣ ਅੰਦਰਲੀ ਗੱਲ ਵੀ ਦੱਸ ਦਿੰਦਾ ਵਾਸੂ ਜੀ, ਕਿਉਂਕਿ ਆਪਾਂ ਗੱਲ ਥੋੜੀ ਜਿਹੀ ਅੱਗੇ ਲੈ ਕੇ ਗਏ ਹਾਂ। ਹੇਮੰਤ ਸੋਰੇਨ ਨੂੰ ਜਾਂ ਉੱਥੋਂ ਦੀ ਜਿਹੜੀ ਝਾਰਖੰਡ ਮੁਕਤੀ ਮੋਰਚੇ ਦੀ ਪਾਰਟੀ ਨੂੰ ਲਗਾਤਾਰ ਭਾਰਤੀ ਜਨਤਾ ਪਾਰਟੀ ਨੇ ਅਪਰੋਚ ਕੀਤਾ ਸੀ ਕਿ ਤੁਸੀਂ ਸਾਡੇ ਨਾਲ ਰਲ ਜਾਓ, ਇੰਡੀਆ ਅਲਾਇੰਸ ਛੱਡ ਦਿਓ, 6 ਮਹੀਨੇ ਤੁਸੀਂ ਮੁੱਖ ਮੰਤਰੀ ਰਹੋ, 6 ਮਹੀਨੇ ਭਾਰਤੀ ਜਨਤਾ ਪਾਰਟੀ ਦਾ ਮੁੱਖ ਮੰਤਰੀ ਰਹੂਗਾ, ਪਰ ਉਹ ਮੰਨੇ ਨੀ। ਇਹੀ ਉਹਨਾਂ ਦਾ ਕਾਰਨ ਬਣਿਆ, ਉਹਨਾਂ ਨੇ ਕੋਈ ਘਪਲਾ ਘੁਪਲਾ ਕੋਈ ਨੀ ਕੀਤਾ, ਇਸ ਕਰਕੇ 8-8, 9-9 ਸਾਲ ਪੁਰਾਣੇ ਕੇਸ ਕੱਢ ਲਏ ਜਾਂਦੇ ਆ। ਇਸੇ ਤਰ੍ਹਾਂ ਤੁਸੀਂ ਯਾਦ ਕਰੋ, ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੇ ਵੀ ਕਈ ਵਾਰੀ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਸਾਡੇ ਉੱਤੇ ਪ੍ਰੈਸ਼ਰ ਆ ਕਿ ਤੁਸੀਂ ਇੰਡੀਆ ਅਲਾਇੰਸ ਤੋਂ ਬਾਹਰ ਆਓ। ਸੋ ਇਹ ਤਾਨਾਸ਼ਾਹੀ ਨਾ ਹੋਈ ਤਾਂ ਹੋਰ ਕੀ ਹੋਈ ਜੀ। ਇਸ ਤਰ੍ਹਾਂ ਦੀ ਜਿਹੜੀ ਲੋਕਤੰਤਰ ਨੂੰ ਲਗਾਤਾਰ ਸੱਟ ਮਾਰੀ ਜਾ ਰਹੀ ਆ, ਉਸ ਦੀ ਬਦਨਾਮੀ ਇਹਨਾਂ ਨੂੰ ਨੀ ਪਤਾ ਕਿ ਪੂਰੇ ਭਾਰਤ ਦੀ ਇਸ ਵਿੱਚ ਬਦਨਾਮੀ ਹੋ ਰਹੀ ਆ, ਭਾਰਤੀ ਜਨਤਾ ਪਾਰਟੀ ਦੀ ਤਾਂ ਬਦਨਾਮੀ ਹੋ ਹੀ ਰਹੀ ਆ ਜੀ। ਜੀ ਵਾਸੂ ਜੀ, ਤੇ ਮਨਪ੍ਰੀਤ ਜੀ ਇਹ ਵੀ ਖਬਰਾਂ ਆ ਰਹੀਆਂ ਨੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹ ਅਚਾਨਕ ਭੂਟਾਨ ਲਈ ਰਵਾਨਾ ਹੋ ਗਏ ਨੇ, ਇਹਦੇ ਵਿੱਚ ਕੁਝ ਅਪਡੇਟ ਹੈ ਜੀ? ਇਹਦੀ ਹਜੇ ਤੱਕ ਇਹੀ ਆ, ਉੱਥੇ ਯਾਤਰਾ ਦੇ ਵਿੱਚ ਕਿਸ ਤਰ੍ਹਾਂ ਦੇ ਸਮਝੌਤੇ ਕਰਦੇ। ਦੇਖੋ ਇੱਕ ਗੱਲ ਆਪਾਂ ਨੂੰ ਬਹੁਤ ਇਹ ਸਮਝਣੀ ਪਊਗੀ ਕਿ ਭੂਟਾਨ ਦੇ ਰਿਸ਼ਤੇ ਪਿਛਲੇ ਦਿਨਾਂ ਦੇ ਵਿੱਚ ਭਾਰਤ ਦੇ ਨਾਲ ਬੜੇ ਸੁਖਾਵੇਂ ਰਹੇ ਆ ਜੀ, ਪਰ ਅਚਾਨਕ ਜਿੰਨੇ ਸਾਡੇ ਗੁਆਂਢੀ ਮੁਲਕ ਆ ਉਹਨਾਂ ਦਾ ਝੁਕਾਅ ਚੀਨ ਵੱਲ ਹੋਣ ਲੱਗ ਪਿਆ, ਕਿਉਂਕਿ ਜਿਸ ਤਰ੍ਹਾਂ ਦੀ ਪ੍ਰੋਟੈਕਸ਼ਨ ਉਹ ਭਾਰਤ ਤੋਂ ਭਾਲਦੇ ਸੀ, ਜਿਸ ਤਰ੍ਹਾਂ ਦਾ ਚਾਹੁੰਦੇ ਸੀ ਕਿ ਇਹ ਸਟੈਂਡ ਸਾਡੇ ਲਈ ਲੈਣ, ਕਈ ਮਾਮਲਿਆਂ ਦੇ ਵਿੱਚ ਭਾਰਤ ਸਰਕਾਰ ਨੇ ਉਸ ਤਰ੍ਹਾਂ ਦਾ ਸਟੈਂਡ ਨਹੀਂ ਲਿਆ, ਤੇ ਅੱਜ ਦੀ ਤਰੀਕ ਦੇ ਵਿੱਚ ਤੁਸੀਂ ਪਾਕਿਸਤਾਨ ਨੂੰ ਤਾਂ ਛੱਡ ਦੋ ਜਾਂ ਬੰਗਲਾਦੇਸ਼ ਨੂੰ ਛੱਡ ਦੋ, ਬਾਕੀ ਜਿੰਨੇ ਵੀ ਇੱਥੋਂ ਦੇ ਮੁਲਕ ਨੇ ਆਸੇ ਪਾਸੇ ਦੇ, ਸਾਊਥ ਏਸ਼ੀਅਨ ਮੁਲਕ ਕਹਿ ਲਓ ਜਾਂ ਸਾਡੇ ਗੁਆਂਢੀ ਮੁਲਕ ਕਹਿ ਲਓ, ਈਵਨ ਕਿ ਨੇਪਾਲ ਤੱਕ, ਜਿਹੜਾ ਹੀ ਭਾਰਤੀ ਜਨਤਾ ਪਾਰਟੀ ਬਾਰ ਬਾਰ ਹਿੰਦੂ ਰਾਸ਼ਟਰ ਦੀ ਗੱਲ ਕਰਦੀ ਹੈ, ਉਹ ਤਾਂ ਹਿੰਦੂ ਰਾਸ਼ਟਰ ਹੈ ਆਲਰੇਡੀ, ਜੇ ਉਹਨਾਂ ਨਾਲ ਸੁਖਾਵੇਂ ਸੰਬੰਧ ਨਹੀਂ ਤੇ ਬਾਕੀਆਂ ਨਾਲ ਤੁਸੀਂ ਬਿਹਤਰ ਸਮਝ ਸਕਦੇ ਹੋ, ਪਰ ਭੂਟਾਨ ਦੇ ਨਾਲ ਇਹਨਾਂ ਦੇ ਸੰਬੰਧ ਸੁਖਾਵੇਂ ਨਾ ਹੋਣਾ ਇਸੇ ਕਰਕੇ ਗਏ ਆ। ਮਾਲਦੀਵਸ ਨਾਲ ਆਲਰੇਡੀ ਸਾਡੇ ਖਰਾਬ ਹੋ ਗਿਆ, ਉਹਨਾਂ ਨੇ ਤਾਂ ਸਾਡੀਆਂ ਸੇਨਾਵਾਂ ਵੀ ਵਾਪਸ ਭੇਜਤੀਆਂ, ਕਹਿੰਦੇ ਫੌਜ ਇੱਥੋਂ ਬਾਹਰ ਕੱਢੋ, ਪਹਿਲੀਆਂ ਟੁਕੜੀਆਂ ਵਾਪਸ ਆ ਵੀ ਗਈਆਂ। ਸੋ ਇਹ ਜਿਹੜੇ ਬਦਲਦੇ ਹੋਏ ਰਿਸ਼ਤੇ ਆ ਸਾਡੇ ਗੁਆਂਢੀ ਮੁਲਕਾਂ ਦੇ ਨਾਲ, ਬਿਲਕੁਲ ਤੁਹਾਡੀ ਗੱਲ ਠੀਕ ਆ, ਉਹ ਕਾਫੀ ਚਿੰਤਾ ਦਾ ਵਿਸ਼ਾ ਔਰ ਸਾਡੀ ਫੋਰਨ ਪਾਲਿਸੀ ਉੱਤੇ ਵੀ ਸਵਾਲ ਖੜੇ ਹੁੰਦੇ ਨੇ। ਜੀ ਵਾਸੂ ਜੀ,
ਮਨਪ੍ਰੀਤ ਜੀ, ਕਾਂਗਰਸ ਪਾਰਟੀ ਵੱਲੋਂ ਇਹ ਦੋਸ਼ ਲਗਾਇਆ ਗਿਆ, ਕਹਿੰਦੇ ਕਿ ਭਾਜਪਾ ਸਰਕਾਰ ਨੇ ਉਹਨਾਂ ਦੀ ਪਾਰਟੀ ਦੇ ਅਕਾਊਂਟਸ ਫ੍ਰੀਜ਼ ਕਰ ਦਿੱਤੇ ਨੇ ਅਤੇ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਇਹ ਕਾਂਗਰਸ ਪਾਰਟੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਹੈ। ਬਿਲਕੁਲ ਹੈ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਤੁਸੀਂ ਦੇਖੋ, ਅਜੇ ਮਾਕਨ ਦੀ ਤੁਸੀਂ ਹੁਣੇ ਗੱਲ ਕਰਕੇ ਹਟੇ ਸੀ, ਉਹ ਇਸੇ ਕਾਂਗਰਸ ਪਾਰਟੀ ਦੇ ਫਾਈਨੈਂਸਿਸ ਦੇਖਦੇ ਨੇ, ਟ੍ਰੇਜਰਰ ਨੇ। ਉਹਨਾਂ ਨੇ ਸਭ ਤੋਂ ਪਹਿਲਾਂ ਲਗਭਗ 10 ਦਿਨ ਪਹਿਲਾਂ ਇਹ ਖੁਲਾਸਾ ਕੀਤਾ ਸੀ ਕਿ ਸਾਡੇ ਅਕਾਊਂਟਸ ਫ੍ਰੀਜ਼ ਕਰ ਦਿੱਤੇ ਗਏ ਆ ਇਨਕਮ ਟੈਕਸ ਵੱਲੋਂ, ਔਰ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਆਪਣੀਆਂ ਪੁਰਾਣੀਆਂ ਰਿਟਰਨਸ ਨਹੀਂ ਭਰੀਆਂ। ਹੁਣ ਕੋਈ 95-96 ਦੀ ਰਿਟਰਨ ਕੱਢ ਲਈ, ਕੋਈ ਇਹਨਾਂ ਦੀ ਸਨ 2007-08 ਦੀ ਰਿਟਰਨ ਕੱਢ ਲਈ, ਕੋਈ ਸਨ 2018 ਦੀ ਇਨਕਮ ਟੈਕਸ ਦੀ ਰਿਟਰਨ ਕਰਕੇ ਇਹ ਕਹਿਤਾ ਕਿ ਤੁਸੀਂ ਤਾਂ ਰਿਟਰਨ ਨਹੀਂ ਭਰੀਆਂ, ਇਸ ਕਰਕੇ ਤੁਹਾਨੂੰ ਪੈਨਲਟੀ ਲਾਉਣੇ ਆ। ਜੀ ਹੁਣ ਵਾਸੂ ਜੀ, ਤੁਸੀਂ ਇੱਕ ਚੀਜ਼ ਹੋਰ ਦੇਖੋ ਕਿ ਇਸੇ ਕਾਂਗਰਸ ਪਾਰਟੀ ਨੇ 115 ਕਰੋੜ ਬਤੌਰ ਜੁਰਮਾਨਾ ਵੀ ਦੇਤਾ, ਲੇਕਿਨ ਹਜੇ ਵੀ ਇਹਨਾਂ ਦੇ 11 ਵੱਖਰੇ ਵੱਖਰੇ ਖਾਤੇ ਨੇ ਪੂਰੇ ਭਾਰਤ ਦੇ ਬੈਂਕਸ ਦੇ ਵਿੱਚ, ਉਹ ਇਹਨਾਂ ਦੇ ਅਕਾਊਂਟਸ ਉਸੇ ਤਰ੍ਹਾਂ ਫ੍ਰੀਜ਼ ਨੇ, ਬੰਦ ਕੀਤੇ ਹੋਏ ਨੇ, ਤੇ ਕਾਂਗਰਸ ਨੂੰ ਆਪਣੀ ਕੈਂਪੇਨ ਦੇ ਵਿੱਚ ਮੁਸ਼ਕਿਲ ਪੈਦਾ ਹੋ ਰਹੀ ਹੈ ਕਿ ਉਹ ਖਰਚਾ ਨਹੀਂ ਕਰ ਪਾ ਰਹੇ। ਇਸੇ ਗੱਲ ਕਰਕੇ ਬੀਤੇ ਕੱਲ ਬਲਕਿ ਇਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਆ, ਮਲਿਕਾ ਅਰਜੁਨ ਖੜਗੇ ਜਿਹੜੇ ਕਾਂਗਰਸ ਦੇ ਨੈਸ਼ਨਲ ਪ੍ਰੈਜ਼ੀਡੈਂਟ ਨੇ ਉਹ ਇੱਥੇ ਮੌਜੂਦ ਸੀ, ਰਾਹੁਲ ਗਾਂਧੀ ਮੌਜੂਦ ਸੀ, ਨਾਲ ਹੀ ਸੋਨੀਆ ਗਾਂਧੀ ਵੀ ਸੀ, ਕਿ ਇਹ ਜਾਣ ਬੁੱਝ ਕੇ ਕੀਤਾ ਜਾ ਰਿਹਾ ਤਾਂ ਕਿ ਅਸੀਂ ਚੋਣਾਂ ਦੇ ਵਿੱਚ ਇਹਨਾਂ ਦਾ ਮੁਕਾਬਲਾ ਨਾ ਕਰ ਸਕੇ। ਸਾਰਿਆਂ ਨੂੰ ਪਤਾ ਕਿ ਭਾਰਤੀ ਜਨਤਾ ਪਾਰਟੀ ਕੋਲੇ ਜਿੰਨਾ ਪੈਸਾ, ਜਿੰਨਾ ਮਨੀ ਪਾਵਰ ਆ, ਜਿੰਨੀ ਮਸਲ ਪਾਵਰ ਆ, ਜਿੰਨੀ ਮੈਨ ਪਾਵਰ ਆ, ਕਿਸੇ ਕੋਲ ਹੈ ਹੀ ਨਹੀਂ। ਬਹੁਤ ਹੀ ਇੱਕ ਤਰ੍ਹਾਂ ਦਾ ਅਨਇਵਨ ਇਹ ਜਿਹੜਾ ਬੈਲੈਂਸ ਹੋਇਆ ਹੋਇਆ ਉਹ ਤੋਂ ਤੁਸੀਂ ਸਮਝ ਸਕਦੇ ਹੋ। ਔਰ ਇੱਥੇ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਇਹ ਪਹਿਲੀ ਵਾਰੀ ਨਹੀਂ ਇਸ ਤਰ੍ਹਾਂ ਹੋਇਆ। ਡੀਮੋਨੇਟਾਈਜੇਸ਼ਨ ਤੁਸੀਂ ਯਾਦ ਕਰੋ, ਮੈਂ ਤੁਹਾਨੂੰ ਉਦਾਹਰਣ ਦੇਣਾ ਚਾਹੁੰਦਾ, ਨੋਟਬੰਦੀ ਕੀ ਕੁਛ ਕਹਿ ਕੇ ਸੰਨ 2016 ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਅਸੀਂ ਨੋਟਬੰਦੀ ਦੇ ਨਾਲ ਕਾਲਾ ਧਨ ਲੈ ਆਵਾਂਗੇ, ਕਾਲਾ ਧਨ ਖਤਮ ਕਰ ਦਾਂਗੇ। ਇਸੇ ਤਰ੍ਹਾਂ ਕਿਹਾ ਸੀ ਅਸੀਂ ਅੱਤਵਾਦ ਖਤਮ ਕਰ ਦਾਂਗੇ, ਇਹ ਜਿਹੜੀ ਫੰਡਿੰਗ ਆ ਉਹ ਰੁਕ ਜੂਗੀ। ਕੱਖ ਨਹੀਂ ਹੋਇਆ, ਇੱਕ ਵੀ ਚੀਜ਼ ਉਹ ਸਾਬਤ ਨਹੀਂ ਹੋਈ। ਪਰ ਕੀਤੀ ਕਿਉਂ ਗਈ ਸੀ? ਬਾਅਦ ਦੇ ਵਿੱਚ ਪੋਲੀਟੀਕਲ ਪਾਰਟੀਆਂ ਨੇ ਕਿਹਾ ਕਿ ਸਾਡੀ ਫੰਡਿੰਗ ਨੂੰ, ਕਿਉਂਕਿ ਜਿਹੜਾ ਸਾਡੇ ਕੋਲ ਪੈਸਾ ਪਿਆ ਸੀ ਇਹ ਪੈਸਾ ਕਢਾਉਣਾ ਚਾਹੁੰਦੇ ਸੀ ਤਾਂ ਕਿ ਅਸੀਂ ਉਹ ਬੈਂਕਸ ਦੇ ਵਿੱਚ ਦੇ ਦਈਏ। ਬਾਅਦ ਦੇ ਵਿੱਚ 2000 ਦਾ ਨੋਟ ਵੀ ਆਇਆ, ਉਹ ਵੀ ਬੰਦ ਕਰਤਾ। ਕੋਈ ਵੀ ਪਾਲਿਸੀ ਪੁਖਤਾ ਢੰਗ ਦੇ ਨਾਲ ਉਹਨੂੰ ਸਥਿਰ ਨਹੀਂ ਕੀਤਾ ਗਿਆ, ਬਲਕਿ ਹਰ ਵਾਰੀ ਆਪਣਾ ਜਿਹੜਾ ਗੋਲ ਪੋਸਟ ਸੀ ਇਹ ਬਦਲੀ ਜਾਂਦੇ ਆ, ਆਪਣੇ ਹਿਸਾਬ ਦੇ ਨਾਲ ਕਰ ਰਿਹਾ ਤਾਂ ਕਿ ਪੋਲੀਟੀਕਲ ਪਾਰਟੀਜ਼ ਨੂੰ ਪੂਰੀ ਤਰ੍ਹਾਂ ਡਿਸਐਡਵਾਂਟੇਜ ਰਹੇ, ਉਹ ਚੋਣਾਂ ਚੰਗੀ ਤਰ੍ਹਾਂ ਲੜੀ ਨਾ ਸਕਣ। ਫੜੋ ਫੜਾਈ ਤਾਂ ਇੱਕ ਦੂਸਰਾ ਮਾਮਲਾ, ਪੋਲੀਟੀਕਲ ਫੰਡਿੰਗ ਵੀ ਬੰਦ ਕਰ ਦਿਓ। ਜੀ ਵਾਸੂ ਜੀ, ਤੇ ਮਨਪ੍ਰੀਤ ਜੀ, ਪੰਜਾਬ ਦੇ ਸਿਹਤ ਮਹਿਕਮੇ ਦੇ ਜਿਹੜੇ ਪ੍ਰਿੰਸੀਪਲ ਸੈਕਟਰੀ ਨੇ ਅਜੇ ਸ਼ਰਮਾ, ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਨੋਟਿਸ ਕਿਉਂ ਜਾਰੀ ਕੀਤਾ ਗਿਆ ਜੀ? ਪਿਛਲੇ ਦਿਨਾਂ ਦੇ ਵਿੱਚ ਵਾਸੂ ਜੀ, ਆਪਾਂ ਨੂੰ ਸਾਰਿਆਂ ਨੂੰ ਪਤਾ, ਇੱਕ ਵਿਵਾਦ ਪੈਦਾ ਹੋ ਗਿਆ ਸੀ, ਇੱਕ ਕੰਟਰੋਵਰਸੀ ਹੋ ਗਈ ਸੀ ਜੋ ਕਿ ਕੰਪਲੀਟਲੀ ਅਵੋਇਡੇਬਲ ਸੀ, ਜਿਸ ਨੂੰ ਕਿ ਇੱਕ ਤਰ੍ਹਾਂ ਨਕਾਰਿਆ ਜਾ ਸਕਦਾ ਸੀ, ਇਹ ਕਿਹਾ ਜਾ ਸਕਦਾ ਸੀ ਕਿ ਇਸ ਤੇ ਕੰਟਰੋਵਰਸੀ ਦੇ ਵਿੱਚ ਇਹ ਨਾ ਪਵੇ ਸਰਕਾਰ, ਪਰ ਪੈ ਗਈ। ਕਾਰਨ ਵੀ ਮੈਂ ਦੱਸ ਦਿੰਦਾ, ਕਿਉਂਕਿ ਭਾਰਤ ਸਰਕਾਰ ਵੱਲੋਂ 14 ਮਾਰਚ ਨੂੰ ਇਹ ਗੱਲ ਪੁੱਛੀ ਗਈ ਸੀ ਕਿ ਸ਼ੁਭਦੀਪ ਸਿੰਘ ਸਿੱਧੂ ਦੇ ਘਰੇ ਬਲਕੌਰ ਸਿੰਘ ਤੇ ਉਹਨਾਂ ਦੀ ਵਾਈਫ ਚਰਨ ਕੌਰ, ਉਹਨਾਂ ਕੋਲੇ ਇੱਕ ਮੁੰਡੇ ਦੀ ਡਿਲੀਵਰੀ ਹੋਈ ਹੈ, ਬੱਚਾ ਪੈਦਾ ਹੋਇਆ ਬੀਤੇ ਸੰਡੇ ਨੂੰ 17 ਮਾਰਚ ਨੂੰ, ਇਸ ਦੀਆਂ ਸਾਨੂੰ ਡਿਟੇਲਸ ਦਿਓ, ਪੂਰੀ ਤਫਸੀਲ ਦਿਓ। ਔਰ ਇਹ ਜਿਹੜੀ ਚਿੱਠੀ ਆਈ ਸੀ ਇਹ ਆਈ ਸੀ ਕੇਂਦਰ ਸਰਕਾਰ ਤੋਂ, ਇੱਥੇ ਆਉਂਦੀ ਆ ਤੇ ਇੱਥੇ ਅਜੋਏ ਸ਼ਰਮਾ ਇਹ ਪ੍ਰਿੰਸੀਪਲ ਸੈਕਟਰੀ ਹੈਲਥ ਨੇ ਤੇ ਇਹਨਾਂ ਨੇ ਵੀ ਆਪਣੀਆਂ ਡਿਟੇਲਸ ਮੰਗੀਆਂ। ਦਰਅਸਲ ਹੋਇਆ ਇਹ ਕਿ ਭਾਰਤ ਦੇ ਵਿੱਚ ਸੰਨ 2021 ਦਾ ਇੱਕ ਕਾਨੂੰਨ ਆ, ਉਸ ਅਨੁਸਾਰ ਜੇ ਔਰਤ 50 ਸਾਲ ਤੋਂ ਵੱਧ ਆ ਤੇ ਜੇ ਮਰਦ ਜਿਹੜਾ ਉਹ 55 ਸਾਲ ਤੋਂ ਵੱਧ ਆ ਤੇ ਉਹ ਜਿਹੜਾ IVF ਆ ਉਹ ਨਹੀਂ ਕਰਵਾ ਸਕਦੇ, ਇਹ ਇਸ ਤਰ੍ਹਾਂ ਦਾ ਕਾਨੂੰਨ ਕਹਿੰਦਾ। ਸੋ ਇਸ ਚੀਜ਼ ਕਰਕੇ ਇਹਨਾਂ ਨੇ ਫਿਰ ਇਹਨਾਂ ਤੋਂ ਸਵਾਲ ਜਵਾਬ ਕੀਤੇ ਜਾਂ ਇਹਨਾਂ ਤੋਂ ਡਾਕੂਮੈਂਟਸ ਮੰਗੇ। ਇਸ ਚੱਕਰ ਦੇ ਵਿੱਚ ਬਦਨਾਮੀ ਬੜੀ ਹੋ ਗਈ ਆਮ ਆਦਮੀ ਪਾਰਟੀ ਦੀ ਸਰਕਾਰ ਦੀ। ਹੁਣ ਇਹਨਾਂ ਨੇ ਇੱਕ ਨੋਟਿਸ ਕੱਢਿਆ ਅਜੋਏ ਸ਼ਰਮਾ ਨੂੰ, ਕਹਿੰਦੇ
ਤੁਸੀਂ ਸਾਨੂੰ ਪੁੱਛਿਆ ਨਹੀਂ, ਨਾ ਤੁਸੀਂ ਮੁੱਖ ਮੰਤਰੀ ਨੂੰ ਦੱਸਿਆ, ਇੰਨਾ ਸੰਵੇਦਨਸ਼ੀਲ ਮੁੱਦਾ ਨਾ ਤੁਸੀਂ ਮੁੱਖ ਮੰਤਰੀ ਨੂੰ ਦੱਸਿਆ ਤੇ ਨਾ ਹੀ ਤੁਸੀਂ ਸਿਹਤ ਮੰਤਰੀ ਨੂੰ ਦੱਸਿਆ। ਇਸ ਕਰਕੇ ਤੁਸੀਂ 2 ਹਫ਼ਤੇ ਦੇ ਅੰਦਰ ਅੰਦਰ ਜਵਾਬ ਦਿਓ ਕਿ ਤੁਹਾਡੇ ਖਿਲਾਫ਼ ਅਨੁਸ਼ਾਸਨਿਕ ਕਾਰਵਾਈ ਕਿਉਂ ਨਾ ਕੀਤੀ ਜਾਵੇ। ਜੀ ਵਾਸੂ ਜੀ, ਤੇ ਮਨਪ੍ਰੀਤ ਜੀ, ਬਾਬਾ ਰਾਮਦੇਵ ਦੇ ਜਿਹੜੇ ਸਾਥੀ ਨੇ ਆਚਾਰਿਆ ਬਾਲ ਕ੍ਰਿਸ਼ਨ, ਉਹਨਾਂ ਨੇ ਹੁਣ ਸੁਪਰੀਮ ਕੋਰਟ ਤੋਂ ਮਾਫੀ ਮੰਗ ਲਈ ਜੀ। ਆਚਾਰਿਆ ਬਾਲ ਕ੍ਰਿਸ਼ਨ ਨੇ ਇੱਕ ਸਟ੍ਰੈਟੇਜਿਕ ਮਾਫੀ ਮੰਗੀ ਹੈ, ਯਾਨੀ ਕਿ ਇੱਕ ਵਿਉਂਤ ਬਣਾ ਕੇ। ਕਾਰਨ ਇਹ ਹੈ ਕਿ ਇਹਨਾਂ ਤੇ ਸੁਪਰੀਮ ਕੋਰਟ ਬਹੁਤ ਸਖਤ ਨਾਰਾਜ਼ ਸੀ, ਰਾਮਦੇਵ ਤੇ ਵੀ ਨਾਰਾਜ਼ ਸੀ, ਤੇ ਆਚਾਰਿਆ ਬਾਲ ਕ੍ਰਿਸ਼ਨ ਕਿਉਂਕਿ ਉਹ ਮੈਨੇਜਿੰਗ ਡਾਇਰੈਕਟਰ ਨੇ ਪਤੰਜਲੀ ਆਯੁਰਵੇਦ ਦੇ, ਤੇ ਇਹਨਾਂ ਦੀ ਬੜੀ ਝਾੜ ਹੋਈ ਸੀ। ਇਹਨਾਂ ਨੂੰ ਕਿਹਾ ਸੀ ਕਿ ਤੁਸੀਂ ਅਦਾਲਤ ਦੀ ਤੌਹੀਨ ਕਰ ਰਹੇ ਹੋ ਤੇ ਤੁਹਾਡੇ ਖਿਲਾਫ਼ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਦਾ ਕੋਈ ਸਟ੍ਰਿਕਚਰ ਪਾਸ ਕਰਾਂਗੇ ਜਾਂ ਤੁਹਾਨੂੰ ਹੋ ਸਕਦਾ ਸਜ਼ਾ ਵੀ ਦੇਵੋ। ਇਹਨਾਂ ਨੂੰ 2 ਅਪ੍ਰੈਲ ਨੂੰ ਸੱਦਿਆ ਗਿਆ ਤੇ ਦੋਨਾਂ ਨੂੰ ਕਿਹਾ ਗਿਆ ਕਿ ਤੁਸੀਂ ਫਿਜ਼ੀਕਲੀ ਪ੍ਰੈਜੈਂਟ ਰਹਿਣਾ ਅਦਾਲਤ ਦੇ ਵਿੱਚ। ਹੁਣ ਇਸ ਤਰ੍ਹਾਂ ਇਹ ਅਦਾਲਤ ਨੇ, ਅਦਾਲਤ ਦੀ ਜਿਵੇਂ ਕਹਿ ਸਕਦੇ ਹੋ ਕਿ ਨਾਰਾਜ਼ਗੀ ਨੂੰ ਜਾਂ ਗੁੱਸੇ ਨੂੰ ਥੋੜਾ ਸ਼ਾਂਤ ਕਰਨਾ ਚਾਹੁੰਦੇ ਆ, ਇਸੇ ਕਰਕੇ ਆਚਾਰਿਆ ਬਾਲਕ੍ਰਿਸ਼ਨ ਨੇ ਬੀਤੇ ਕੱਲ ਇੱਕ ਅਨਕੰਡੀਸ਼ਨਲ ਅਪੋਲੋਜੀ ਬਿਨਾਂ ਕਿਸੇ ਸ਼ਰਤ ਤੋਂ ਮਾਫੀ ਮੰਗ ਲਈ ਆ ਕਿ ਅਸੀਂ ਅੱਜ ਤੋਂ ਬਾਅਦ ਗੁੰਮਰਾਹ ਕੁਨ ਜਿੰਨੀਆਂ ਵੀ ਇਸ਼ਤਿਹਾਰ ਨੇ, ਮਸ਼ਹੂਰੀਆਂ ਨੇ, ਜੋ ਐਡਵਰਟੀਜ਼ਮੈਂਟਸ ਆ, ਉਹ ਅਸੀਂ ਨਹੀਂ ਦੇਵਾਂਗੇ, ਅਸੀਂ ਇਸ ਲਈ ਮਾਫੀ ਮੰਗਦੇ ਹਾਂ। ਜੀ ਵਾਸੂ ਜੀ, ਤੇ ਮਨਪ੍ਰੀਤ ਜੀ, ਦਿੜਵੇ ਦੇ ਵਿੱਚ ਨਕਲੀ ਸ਼ਰਾਬ ਕਰਕੇ 3 ਹੋਰ ਵਿਅਕਤੀਆਂ ਦੀ ਮੌਤ ਹੋ ਗਈ। ਬਿਲਕੁਲ, ਟੋਟਲ ਮੌਤਾਂ ਜਿਹੜੀਆਂ ਹੁਣ ਤੱਕ ਹੋਈਆਂ ਇਸ ਸਪੂਰੀਅਸ ਲਿਕਰ ਕਹਿ ਲਓ, ਹੂਚ ਕਹਿ ਲਓ, ਜ਼ਹਿਰੀਲੀ ਸ਼ਰਾਬ ਕਹਿ ਲਓ, ਮਿਲਾਵਟੀ ਸ਼ਰਾਬ ਕਹਿ ਲਓ, ਇਸ ਨਾਲ 5 ਮੌਤਾਂ ਪਹਿਲਾਂ ਹੋਈਆਂ ਸੀ ਵਾਸੂ ਜੀ, ਤੇ ਉਸ ਤੋਂ ਬਾਅਦ 3 ਮੌਤਾਂ ਹੋਰ ਹੋ ਗਈਆਂ। ਹਜੇ ਵੀ ਬਹੁਤ ਸਾਰੇ ਜਿਹੜੇ ਲੋਕ ਨੇ ਜਿਨ੍ਹਾਂ ਨੇ ਇਹ ਸ਼ਰਾਬ ਪੀਤੀ ਆ, ਉਹ ਰਜਿੰਦਰਾ ਹਸਪੀਟਲ ਪਟਿਆਲਾ ਦੇ ਵਿੱਚ ਜ਼ੇਰੇ ਇਲਾਜ ਆ। ਔਰ ਇਸੇ ਦੌਰਾਨ ਕਾਂਗਰਸ ਨੇ ਇਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਖਾਸ ਤੌਰ ਤੇ ਜਿਹੜੇ ਐਕਸਾਈਜ਼ ਐਂਡ ਟੈਕਸੇਸ਼ਨ ਮਿਨਿਸਟਰ ਨੇ ਹਰਪਾਲ ਸਿੰਘ ਚੀਮਾ, ਫਾਈਨੈਂਸ ਮਿਨਿਸਟਰ ਵੀ ਆ, ਉਹਨਾਂ ਦਾ ਅਸਤੀਫਾ ਮੰਗ ਲਿਆ। ਉਹਨਾਂ ਨੂੰ ਕਿਹਾ ਕਿ ਤੁਸੀਂ ਅਸਤੀਫਾ ਦਿਓ, ਕਿਉਂਕਿ ਜਦੋਂ ਇਹ ਵਿਰੋਧੀ ਪਾਰਟੀਆਂ ਦੇ ਵਿੱਚ ਸੀ, ਇਹ ਵੀ ਇਸੇ ਤਰ੍ਹਾਂ ਅਸਤੀਫੇ ਮੰਗਦੇ ਸੀ। ਤੁਸੀਂ ਯਾਦ ਕਰੋ ਸੰਨ 2020 ਦੀ ਉਹ ਗੁਰਦਾਸਪੁਰ ਤੇ ਤਰਨ ਤਾਰਨ ਦੀ ਹੂਚ ਟ੍ਰੈਜਡੀ, ਜਿਹਦੇ ਵਿੱਚ ਕਈ ਬਲਕਿ 100 ਦੇ ਕਰੀਬ ਵਿਅਕਤੀ ਮਾਰੇ ਗਏ ਸੀ। ਉਹਦੇ ਬਾਅਦ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਉਹ ਮਾਮਲਾ ਗਿਆ ਸੀ, ਉਦੋਂ ਇਹੀ ਭਗਵੰਤ ਮਾਨ ਤੇ ਇਹੀ ਹਰਪਾਲ ਸਿੰਘ ਚੀਮਾ ਇਹ ਵਿਰੋਧੀ ਪਾਰਟੀ ਸੀ, ਤੇ ਉਦੋਂ ਇਹਨਾਂ ਨੇ ਵੀ ਇਸੇ ਤਰ੍ਹਾਂ ਅਸਤੀਫੇ ਮੰਗੇ ਸੀ। ਪਰ ਅੱਜ ਬੜੀ ਹੈਰਾਨੀ ਹੁੰਦੀ ਆ ਕਿ ਇਹੀ ਭਗਵੰਤ ਮਾਨ ਹੁਣ ਇੱਕ ਸ਼ਬਦ ਵੀ ਨਹੀਂ ਬੋਲਦੇ। ਘੱਟੋ ਘੱਟ ਕੋਈ ਕਾਰਵਾਈ ਤਾਂ ਕਰੋ, ਤੁਸੀਂ ਲਿਖਤ ਪਾਲਿਸੀ ਬਣਾਈ ਆ, 10,000 ਕਰੋੜ ਤੋਂ ਵੀ ਵੱਧ ਤੁਸੀਂ ਪੈਸਾ ਕਮਾ ਰਹੇ ਹੋ, ਪਰ ਕੀ ਤੁਸੀਂ ਇਨਸ਼ੋਰ ਕਰਦੇ ਹੋ ਕਿ ਲੋਕਾਂ ਤੱਕ ਜਿਹੜੀ ਲਿਕਰ ਆ ਉਹ ਸਹੀ ਪਹੁੰਚੇ, ਅਡਲਟਰੇਟਡ ਨਾ ਹੋਵੇ, ਜ਼ਹਿਰੀਲੀ ਨਾ ਹੋਵੇ, ਤਾਂ ਕਿ ਲੋਕਾਂ ਦੀ ਘੱਟੋ ਘੱਟ ਮੌਤ ਤਾਂ ਨਾ ਹੋਵੇ। ਜੀ ਵਾਸੂ ਜੀ, ਮਨਪ੍ਰੀਤ ਜੀ, ਇਹਨਾਂ ਸਾਰੀਆਂ ਖਬਰਾਂ ਲਈ, ਇਸ ਅਨਾਲਿਸਿਸ ਲਈ ਤੁਹਾਡਾ ਬਹੁਤ ਧੰਨਵਾਦ ਜੀ। ਕੱਲ੍ਹ ਸ਼ੋਅ ਦੇ ਵਿੱਚ ਤੁਹਾਡੀ ਗੱਲਬਾਤ ਜੈਸਮੀਨ ਜੀ ਨਾਲ ਹੋਏਗੀ, ਮੇਰੀ ਗੈਰਹਾਜ਼ਰੀ ਦੇ ਵਿੱਚ ਉਹ ਸ਼ੋਅ ਨੂੰ ਕਵਰ ਕਰਨਗੇ। ਆਪਣੀ ਜਿਹੜੀ ਅਗਲੀ ਗੱਲਬਾਤ ਹੈ ਉਹ ਸੋਮਵਾਰ ਨੂੰ ਹੋਏਗੀ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਵਾਸੂ ਜੀ।